ਜਦੋਂ ਕਿਸਾਨਾਂ ਨੇ ਪਰਮਿਸ਼ਨ ਦੇ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੈਂਟਰ ਵੱਲੋਂ ਜਿਹੜਾ ਹੈ ਕਾਫੀ ਸਖਤ ਰੋਕ ਇਖਤਿਆਰ ਕਰਦੇ ਹੋਏ ਸੈਂਟਰ ਨੇ ਮਾਲ ਗੱਡੀਆਂ ਤਾਂ ਵੀ ਭੇਜਣ ਤੋਂ ਜਿਹੜਾ ਹੈ ਇਨਕਾਰ ਕਰ ਦਿੱਤਾ। ਇਸ ਧਰਨੇ ਦੇਣ ਨਾਲ ਕੋਈ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ, ਸਾਰੇ ਸਿਨੈਰੀਓ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਤੇ ਇਹ ਬੜੀ ਹੀ ਮਤਲਬ ਤਾਨਾਸ਼ਾਹੀ ਜਿਹਾ ਰਵਈਆ ਹੈ ਤੇ ਇਹਦੇ ਸਿੱਟੇ ਚੰਗੇ ਨਹੀਂ ਨਿਕਲਣਗੇ, ਕਿਉਂਕਿ ਇੱਕ ਬੇਗਾਨੇਪਨ ਦੀ ਭਾਵਨਾ ਜਿਹੜੀ ਹੈ ਉਹ ਖੜੀ ਹੁੰਦੀ ਜਾ ਰਹੀ ਹੈ ਕਿ ਤੁਹਾਨੂੰ ਜਦੋਂ ਕੋਲਾ ਨਹੀਂ ਮਿਲੂਗਾ, ਜਦੋਂ ਤੁਹਾਨੂੰ ਯੂਰੀਆ ਨਹੀਂ ਆਏਗਾ ਤੇ ਤੁਹਾਡੀਆਂ ਗੋਡੀਆਂ ਆਪੇ ਲੱਗਣਗੀਆਂ। ਕਿਸਾਨਾਂ ਨੂੰ ਪਤਾ ਲੱਗ ਜਾਏਗਾ ਕਿ ਬਈ ਆਪਾਂ ਹੁਣ ਜੇ ਯੂਰੀਆ ਲੈਣਾ ਹੈ ਜਾਂ MSP ਲੈਣਾ ਹੈ ਉਹ ਸਾਨੂੰ ਕੇਂਦਰ ਦੇ ਅੱਗੇ ਆਉਣਾ ਪਏਗਾ ਤੇ ਆਪਾਂ ਇਸ ਨੂੰ ਫਿਰ ਇੱਕ ਚੁੱਲ੍ਹਾ ਬਣਾਉਣਾ ਹੈ ਜਿਹਦੇ ਨਾਲ ਪੂਰੇ ਦੇਸ਼ ਦੇ ਵਿੱਚ ਰੋਟੀਆਂ ਸੇਕੀਆਂ ਜਾਣ। ਕਿ ਵੀ ਅਕਾਲੀ ਦਲ ਤੋਂ ਇਹ ਅਲੱਗ ਹੋ ਕੇ ਇਹ ਆਪਣੇ ਆਪ ਨੂੰ ਪੰਜਾਬ 'ਚ ਪ੍ਰੋਜੈਕਟ ਕਰਨਾ ਚਾਹੁੰਦੇ ਨੇ, ਪਰ ਹੁਣ ਇਹ BJP ਦੇ ਲੀਡਰਾਂ ਦੀ ਵੀ ਨਹੀਂ ਸੁਣ ਰਹੇ ਨੇ, ਇਹ ਆਪਣੇ ਸਟੇਟ ਲੀਡਰਾਂ ਦੀ ਵੀ ਕੋਈ ਪਰਵਾਹ ਨਹੀਂ ਕਰ ਰਹੇ, ਨਾ ਹੀ ਉਹਨਾਂ ਦੀ ਸੁਣ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ 'ਤੇ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ। ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਜਿਹੜੇ ਐਨਾਲਾਈਸਿਸ ਨੇ ਉਹ ਆਪਾਂ ਦਰਸ਼ਕਾਂ ਦੇ ਨਾਲ ਕਰਦੇ ਹੁੰਦੇ ਹਾਂ ਅਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਜਰਨੈਲ ਸਿੰਘ ਜੀ, ਦਿੱਲੀ ਦੀ ਧਰਤੀ ਤੋਂ ਉਹਨਾਂ ਦਾ ਸਵਾਗਤ ਕਰੀਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਰਨੈਲ ਸਿੰਘ ਜੀ, ਸ਼ੁਰੂਆਤ ਹੈ ਜੇ ਆਪਾਂ ਕਰਨੀ ਹੈ ਕਿ ਜੇ ਆਪਾਂ ਦੇਖਿਆ ਕਿ ਕਾਫੀ ਲੰਬੇ ਸਮੇਂ ਤੋਂ ਤਕਰੀਬਨ ਹੁਣ ਤਾਂ ਮਹੀਨੇ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਹੈ, ਦਿੱਲੀ ਬਨਾਮ ਜਿਹੜਾ ਪੰਜਾਬ ਚੱਲ ਰਿਹਾ ਹੈ, ਮਾਹੌਲ ਜਿਹੜਾ ਹੈ ਕਾਫੀ ਗਰਮਾਇਆ ਹੋਇਆ ਹੈ, ਕਿਸਾਨਾਂ ਦੇ ਧਰਨੇ ਤੋਂ ਬਾਅਦ ਜਿਹੜਾ ਹੈਗਾ ਜਦੋਂ ਕਿਸਾਨਾਂ ਨੇ ਪਰਮਿਸ਼ਨ ਦੇ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੈਂਟਰ ਵੱਲੋਂ ਜਿਹੜਾ ਹੈ ਕਾਫੀ ਸਖਤ ਰੁੱਖ ਇਖਤਿਆਰ ਕਰਦੇ ਹੋਏ ਸੈਂਟਰ ਨੇ ਮਾਲ ਗੱਡੀਆਂ ਤਾਂ ਵੀ ਭੇਜਣ ਤੋਂ ਜਿਹੜਾ ਹੈ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਹੈ ਦਿੱਲੀ ਦੇ ਵਿੱਚ ਧਰਨਾ ਦਿੱਤਾ ਗਿਆ। ਤੁਸੀਂ ਕਿਸ ਤਰੀਕੇ ਨਾਲ ਇਸ ਧਰਨੇ ਨੂੰ ਦੇਖਦੇ ਹੋ? ਕੀ ਇਹ ਸਿਰਫ ਆਪਾਂ ਕਹਿ ਲਈਏ ਕਿ ਇੱਕ ਮੈਸੇਜ ਪਹੁੰਚਾਉਣ ਦਾ ਜ਼ਰੀਆ ਹੈ, ਜਾਂ ਇਸ ਧਰਨੇ ਦੇਣ ਨਾਲ ਕੋਈ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ, ਸਾਰੇ ਸਿਨੈਰੀਓ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ, ਇਹ ਬਹੁਤ ਇਹੋ ਜਿਹੀ ਵੱਲ ਜਾ ਰਿਹਾ ਹੈ ਜਿੱਥੋਂ ਚੰਗੇ ਸਿੱਟੇ ਨਹੀਂ ਨਿਕਲਣਗੇ। ਮੈਨੂੰ ਇਹ, ਮੈਂ ਜੇ ਕੰਪੈਰੀਜ਼ਨ ਕਰਾਂ, ਇਹ ਉਸੇ ਤਰ੍ਹਾਂ ਜਾ ਰਿਹਾ ਜਿੱਦਾਂ 1982 ਦੇ ਵਿੱਚ ਦਿੱਲੀ ਦੇ ਵਿੱਚ ਏਸ਼ੀਅਨ ਗੇਮ ਸੀਗੀਆਂ ਅਤੇ ਸਿੱਖਾਂ ਨੂੰ ਹਰਿਆਣਾ ਟੱਪ ਕੇ ਆਉਣ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ ਸੀ, ਨਾਕੇਬੰਦੀ ਕਰ ਦਿੱਤੀ ਸੀ, ਜਿੱਦਾਂ ਬੱਸਾਂ 'ਚੋਂ ਕੱਢ ਕੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਸੀ ਅਤੇ ਵਾਪਸ ਭੇਜਿਆ ਜਾਂਦਾ ਸੀ। ਅਤੇ ਇਹ ਜਿਸ ਤਰ੍ਹਾਂ ਦੇ ਨਾਲ ਹੁਣ ਇਹ ਕੇਂਦਰ ਉੱਤੋਂ ਉਸ ਵੇਲੇ ਬੇਗਾਨਾਪਨ ਮਹਿਸੂਸ ਕੀਤਾ ਸਿੱਖਾਂ ਨੇ, ਜਿਹਦੇ ਕਰਕੇ ਹਾਲਾਤ ਹੋਰ ਵਿਗੜਦੇ ਗਏ ਕਿ ਇਹ ਸਾਨੂੰ ਬੇਗਾਨਾ ਸਮਝਦੇ ਨੇ। ਅਤੇ ਉਸੇ ਤਰ੍ਹਾਂ ਅੱਜ ਜਿਸ ਤਰ੍ਹਾਂ ਦੇ ਨਾਲ ਜੇ ਉਹ ਕਿਸਾਨ ਨੇ, ਉਹ ਜੇ ਤੁਸੀਂ ਉਹਨਾਂ ਨੂੰ ਦੇਸ਼ ਦੇ ਨਾਗਰਿਕ ਮੰਨਦੇ ਹੋ, ਜੇ ਉਹ ਆਪਣੀ ਕੋਈ ਹੱਕੀ ਮੰਗਾਂ ਨੂੰ ਲੈ ਕੇ ਡੈਮੋਕ੍ਰੈਟਿਕਲੀ ਕੋਈ ਅੰਦੋਲਨ ਕਰ ਰਹੇ ਨੇ, ਉਹਨਾਂ ਨੂੰ ਸੁਣਨ ਦੇ ਬਜਾਏ ਇਹਨਾਂ ਨੇ ਪੂਰੇ ਪੰਜਾਬ ਤੇ ਕਿਸਾਨਾਂ ਨੂੰ ਦੰਡਿਤ ਕਰਨ ਦਾ ਇੱਕ ਜਿਹੜਾ ਤਰੀਕਾ ਅਪਣਾਇਆ, ਜਿਹਦੇ ਵਿੱਚ ਇਹਨਾਂ ਨੇ ਮਾਲ ਗੱਡੀਆਂ ਪੰਜਾਬ 'ਚ ਜਾਣ ਤੋਂ ਰੋਕੀਆਂ ਹੋਈਆਂ। ਜਦਕਿ ਪੰਜਾਬ ਦਾ ਕਿਸਾਨ ਵੀ ਕਹਿ ਰਿਹਾ ਕਿ ਅਸੀਂ ਮਾਲ ਗੱਡੀਆਂ ਆਉਣ ਦੇਵਾਂਗੇ, ਪਰ ਇਹ ਮੰਨਣ ਨੂੰ ਰਾਜੀ ਨਹੀਂ ਨੇ। ਭਾਵੇਂ ਉਹਨੂੰ ਲੈ ਕੇ ਪਿਊਸ਼ ਗੋਇਲ ਨੂੰ ਕਿਹਾ ਵੀ ਗਿਆ, ਜਿਹੜਾ ਰੇਲ ਮੰਤਰੀ ਹੈ, ਭਾਵੇਂ ਕੇਂਦਰ ਸਰਕਾਰ ਨੂੰ ਉਹਦੇ ਕਹਿਣ ਅਨੁਸਾਰ 1200 ਕਰੋੜ ਦਾ ਘਾਟਾ ਵੀ ਹੋਇਆ, ਪਰ ਉਹ ਚਾਹੁੰਦੇ ਨੇ ਕਿ ਹੁਣ ਜਦੋਂ ਹੈ ਕਿ ਆਪਣਾ ਨਵੀਂ ਬਿਜਾਈ ਕਰਨੀ ਹੈ ਕਣਕ ਦੀ ਤੇ ਯੂਰੀਆ ਵੀ ਚਾਹੀਦਾ, ਉਹ ਚਾਹੁੰਦੇ ਨੇ ਕਿ ਇਹਨਾਂ ਦੀਆਂ ਗੋਡੀਆਂ ਲਵਾਈਏ ਕਿ ਤੁਹਾਨੂੰ ਜਦੋਂ ਕੋਲਾ ਨਹੀਂ ਮਿਲੂਗਾ, ਜਦੋਂ ਤੁਹਾਨੂੰ ਯੂਰੀਆ ਨਹੀਂ ਆਏਗਾ ਤੇ ਤੁਹਾਡੀਆਂ ਗੋਡੀਆਂ ਆਪੇ ਲੱਗਣਗੀਆਂ। ਕਿਸਾਨਾਂ ਨੂੰ ਪਤਾ ਲੱਗ ਜਾਏਗਾ ਕਿ ਬਈ ਆਪਾਂ ਹੁਣ ਜੇ ਯੂਰੀਆ ਲੈਣਾ ਜਾਂ MSP ਲੈਣਾ ਉਹ ਸਾਨੂੰ ਕੇਂਦਰ ਦੇ ਅੱਗੇ ਆਉਣਾ ਪਏਗਾ। ਤੇ ਇਹ ਬੜੀ ਹੀ ਮਤਲਬ ਤਾਨਾਸ਼ਾਹੀ ਜਿਹਾ ਰਵਈਆ ਹੈ ਤੇ ਇਹਦੇ ਸਿੱਟੇ ਚੰਗੇ ਨਹੀਂ ਨਿਕਲਣਗੇ, ਕਿਉਂਕਿ ਇੱਕ ਬੇਗਾਨੇਪਨ ਦੀ ਭਾਵਨਾ ਜਿਹੜੀ ਹੈ ਉਹ ਖੜੀ ਹੁੰਦੀ ਜਾ ਰਹੀ ਹੈ। ਜਿੱਦਾਂ ਇਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ, ਅੱਜ ਕਸ਼ਮੀਰ ਨੂੰ ਤਾਂ ਕੰਟਰੋਲ ਕਰ ਰਿਹਾ ਉਹਦੇ ਖਿੱਤੇ ਨੂੰ, ਪਰ ਕਸ਼ਮੀਰੀ ਜਿਹੜਾ ਉਹ ਬਿਲਕੁਲ ਬਾਗੀ ਹੋ ਗਿਆ। ਤੇ ਇਹ ਉਸੇ ਤਰ੍ਹਾਂ ਦੇ ਨਾਲ ਹੁਣ ਇਹ ਮੁੱਖ ਮੰਤਰੀ ਨੂੰ ਮਿਲਣ ਤੋਂ ਇਨਕਾਰ ਕਰਦਾ ਰਾਸ਼ਟਰਪਤੀ। ਜਦੋਂ ਰਾਸ਼ਟਰਪਤੀ ਕਿਸੇ ਨੂੰ ਮਿਲਣ ਤੋਂ ਮੁੱਖ ਮੰਤਰੀ ਨੂੰ ਇਨਕਾਰ ਨਹੀਂ ਕਰ ਸਕਦਾ, ਉਹ ਸੰਵਿਧਾਨ ਦਾ ਸਭ ਤੋਂ ਪਹਿਲਾ ਬੰਦਾ ਹੁੰਦਾ ਹੈ ਦੇਸ਼ ਦੇ ਅੰਦਰ, ਜਿਹਦੇ ਕੋਲ ਹਮੇਸ਼ਾ ਜਾਂਦੀ, ਭਾਵੇਂ ਅਪੋਜੀਸ਼ਨ ਪਾਰਟੀ ਹੈ ਉਹ ਹਮੇਸ਼ਾ ਉਹਦੇ ਕੋਲ ਜਾਂਦੀ ਹੈ। ਇੱਕ ਸੰਕੇਤਕ ਹੁੰਦਾ, ਭਾਵੇਂ ਕਿ ਉਹ ਡੰਮੀ ਹੈ, ਉਹਨੇ ਜੋ ਕਹਿਣਾ ਉਹੀ ਕਰਨਾ, ਜਿੱਦਾਂ ਉਹਨੂੰ ਸਰਕਾਰ ਕਹੀ ਜਾਂਦੀ ਹੈ ਹੁਣ ਉਹਦੇ 'ਚ ਉਹ ਤਾਣ ਹੈ ਨਹੀਂ ਗਾ ਬਿਲਕੁਲ, ਪਰ ਫਿਰ ਵੀ ਉਹ ਭਾਵੇਂ ਕੋਈ ਵੀ ਸ਼ਿਕਾਇਤ ਹੋਵੇ, ਕਿਸੇ ਵੀ ਕਾਨੂੰਨ ਨੂੰ ਲੈ ਕੇ ਸ਼ਿਕਾਇਤ ਹੋਵੇ, ਤੇ ਉਹ ਇੱਕ ਸਿੰਬੋਲਿਕ ਹੁੰਦਾ ਕਿ ਉਹਦੇ ਕੋਲ ਜਾਂਦੇ ਆ।
ਪਰ ਉਹ ਮਿਲਣ ਤੋਂ ਇਨਕਾਰ ਕਰਦੇ, ਇਹ ਮੈਨੂੰ ਸਮਝ ਨਹੀਂ ਆਉਂਦੀ। ਪਰ ਇੱਕ ਗੱਲ ਹੋਰ ਹੈ ਕਿ ਸਿਰਫ ਪੰਜਾਬ ਨੇ ਇਹ ਕਾਨੂੰਨ ਪਾਸ ਨਹੀਂ ਕੀਤਾ, ਜਿਹੜਾ ਵਿਧਾਨ ਸਭਾ 'ਚ ਪਾਸ ਕੀਤਾ ਗਿਆ ਇਹਨਾਂ ਦੇ ਤਿੰਨ ਫਾਰਮ ਲਾਅ ਦੇ ਅਗੇਂਸਟ, ਉਹ ਰਾਜਸਥਾਨ ਨੇ ਵੀ ਕੀਤਾ, ਹੋਰ ਛੱਤੀਸਗੜ੍ਹ ਨੇ ਵੀ ਕੀਤਾ ਤੇ ਹੋਰ ਜਿਹੜੀਆਂ ਸਟੇਟਾਂ ਨੇ ਉਹਨਾਂ ਨੇ ਵੀ ਕੀਤਾ, ਪਰ ਪੰਜਾਬ ਨੂੰ ਬਕਾਇਦਾ ਟਾਰਗੇਟ ਕੀਤਾ ਜਾ ਰਿਹਾ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ, ਜਾਂ ਕਹਿ ਲਓ ਕਿ ਮੈਂ ਉਹ ਸਮਝਣ ਤੋਂ ਥੋੜ੍ਹਾ ਜਿਹਾ ਹਿਚਕਚਾ ਰਿਹਾ ਕਿ ਬਈ ਇਹ ਹਾਲਾਤ ਕਿਸ ਵੱਲ ਲਿਜਾ ਰਹੇ ਨੇ, ਜਾਣ ਬੂਝ ਕੇ ਲਿਜਾ ਰਹੇ ਨੇ। ਕਿਉਂਕਿ ਇੱਕ ਪਾਸੇ ਤੁਸੀਂ ਉਹ ਉਸ ਉੱਥੇ ਉਸ ਸਟੇਟ ਦੇ ਵਿੱਚ ਆਪਣੀ ਪਾਰਟੀ ਦਾ ਉਭਾਰ ਕਰਨਾ ਚਾਹੁੰਦੇ ਹੋ, ਪਰ ਦੂਜੇ ਪਾਸੇ ਤੁਸੀਂ ਜਿਹੜਾ ਆ ਬਿਲਕੁਲ ਪੰਜਾਬ ਦੀ ਨਾਕੇਬੰਦੀ ਕਰ ਰਹੇ ਹੋ, ਉੱਥੇ ਦੇ ਜਿਹੜੇ ਪਾਵਰ ਪਲਾਂਟ ਹੈਗੇ ਉਹਨਾਂ ਨੂੰ ਤੁਸੀਂ ਬਿਲਕੁਲ ਜਿਹੜਾ ਆ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕਿਸਾਨ ਨੂੰ ਯੂਰੀਆ ਨਾ ਪਹੁੰਚੇ ਕਿਸਾਨਾਂ ਨੂੰ, ਇਹ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਹ ਕਿਸ ਵੱਲ ਜਾ ਰਹੇ ਨੇ। ਕੀ ਇਹਨਾਂ ਨੇ ਸੋਚ ਲਿਆ ਕਿ ਪੰਜਾਬ ਦੇ ਅੰਦਰ ਆਪਾਂ ਸਿਆਸਤ ਨਹੀਂ ਕਰਨੀ ਤੇ ਆਪਾਂ ਇਸ ਨੂੰ ਫਿਰ ਇੱਕ ਚੁੱਲ੍ਹਾ ਬਣਾਉਣਾ ਜਿਹਦੇ ਨਾਲ ਪੂਰੇ ਦੇਸ਼ ਦੇ ਵਿੱਚ ਰੋਟੀਆਂ ਸੇਕੀਆਂ ਜਾਣ, ਜਿੱਦਾਂ ਇੰਦਰਾ ਗਾਂਧੀ ਨੇ ਕੀਤਾ ਸੀ। ਮੈਂ ਬਾਰ ਬਾਰ ਇਹ ਗੱਲ ਕਹਿੰਦਾ ਕਿ ਕੁਝ ਜਿਹੜੀਆਂ ਤਾਕਤਾਂ ਨੇ ਪੋਲਿਟਿਕਸ ਜਿਹੜੀ ਹੈ ਉਹ ਕੁਝ ਨਾ ਕੁਝ ਚੁੱਲ੍ਹੇ ਬਾਲ ਕੇ ਰੱਖਦੀ ਹੈ, ਜਿੱਦਾਂ ਇੰਦਰਾ ਨੇ ਪੰਜਾਬ ਦਾ ਚੁੱਲ੍ਹਾ ਬਾਲਿਆ ਸੀ, ਇਹਨਾਂ ਨੇ ਹੁਣ ਉੱਧਰ ਨੂੰ ਕਸ਼ਮੀਰ ਵਾਲਾ ਬਾਲਿਆ ਹੋਇਆ, ਤਾਂ ਕੀ ਉਹਨਾਂ ਨੇ ਇਹ ਸੋਚ ਲਿਆ ਕਿ ਹੁਣ ਪੰਜਾਬ ਵਾਲਾ ਚੁੱਲ੍ਹਾ ਵੀ ਬਾਲ ਲਈਏ? ਤੇ ਮੈਨੂੰ ਇਹ ਜਿਹੜੇ ਹਾਲਾਤ ਜਿਸ ਪਾਸੇ ਜਾ ਰਹੇ ਨੇ ਉਹ ਜਿਸ ਤਰ੍ਹਾਂ ਦੇ ਨਾਲ ਪਿਊਸ਼ ਗੋਇਲ ਜਿਹੜਾ ਹੈ ਉਹ MPs ਦੇ ਨਾਲ ਮੀਟਿੰਗ ਦੇ ਵਿੱਚ ਕਹਿੰਦਾ ਹੈ ਕਿ ਬਈ ਤੁਹਾਨੂੰ ਹੁਣ ਕੋਲਾ ਨਹੀਂ ਮਿਲ ਰਿਹਾ ਤੇ ਹੁਣ ਤੁਹਾਨੂੰ ਜਿਹੜਾ ਯੂਰੀਆ ਨਹੀਂ ਮਿਲ ਰਿਹਾ ਤੇ ਹੁਣ ਤੁਸੀਂ ਆ ਗਏ ਹੋ ਤੇ ਤੁਸੀਂ ਕਿਸਾਨਾਂ ਦਾ ਕਿਉਂ ਸਾਥ ਦੇ ਰਹੇ ਹੋ, ਸਰਕਾਰ ਸਾਡਾ ਕਿਉਂ ਨਹੀਂ ਸਾਥ ਦੇ ਰਹੇ? ਇਹ ਮੈਨੂੰ ਬੜੀ ਹੀ ਅਜੀਬ ਜੀ ਗੱਲ ਲੱਗਦੀ ਹੈ। ਦੂਜੇ ਪਾਸੇ ਇੱਕ ਸਬਕ ਜਿਹੜਾ ਇਹ ਹੁਣ ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ ਹੋਣਾ ਚਾਹੀਦਾ, ਜਿਸ ਨੇ ਇਸ ਕੇਂਦਰ ਦੇ ਕਹਿਣ ਦੇ ਉੱਤੇ ਜਦੋਂ ਕੈਨੇਡਾ ਦਾ ਆਪਣਾ ਰੱਖਿਆ ਮੰਤਰੀ ਆਇਆ ਸੱਜਣ ਸਿੰਘ, ਉਦੋਂ ਇਹਨਾਂ ਨੇ ਉਹਨੂੰ ਮਿਲਣ ਤੋਂ ਇਨਕਾਰ ਕੀਤਾ। ਜਦੋਂ ਟਰੂਡੋ ਆਇਆ ਉਹਦੇ ਨਾਲ ਇਹਨਾਂ ਨੇ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ, ਇਹਨਾਂ ਨੇ ਕੇਂਦਰ ਨਾਲ ਬਿਲਕੁਲ ਉਵੇਂ ਜਿਵੇਂ ਕਹਿੰਦੇ ਰਹੇ, ਜਿੱਦਾਂ ਹੁਣ UAPA ਲਗਾ ਕੇ ਕਿੰਨੇ ਮੁੰਡੇ ਬੰਦ ਕਰ ਦਿੱਤੇ ਫਗੜ ਲਏ, ਇਹਨਾਂ ਨੇ ਬਿਲਕੁਲ ਹੱਥ ਠੋਖਾ ਬਣ ਕੇ ਕੇਂਦਰ ਦਾ ਬਿਲਕੁਲ ਉਸ ਤਰ੍ਹਾਂ ਦੇ ਨਾਲ ਹੀ ਕੰਮ ਕੀਤਾ। ਪਰ ਉਹਨਾਂ ਨੂੰ ਸਮਝਣਾ ਪਏਗਾ ਕਿ ਇੰਨੀ ਜ਼ਿਆਦਾ ਉਹਨਾਂ ਦੇ ਨਾਲ ਚਾਕਰੀ ਕਰਨ ਦੇ ਬਾਵਜੂਦ ਵੀ ਉਹ ਤੁਹਾਨੂੰ ਕੱਖ ਨਹੀਂ ਸਮਝ ਰਹੇ ਤੇ ਉਹ ਤੁਹਾਨੂੰ ਦੰਡਿਤ ਕਰਨ ਨੂੰ ਤਿਆਰ ਨੇ, ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਨੇ। ਜਿੱਦਾਂ ਹੀ ਤੁਸੀਂ ਪਹਿਲੀ ਹੱਕੀ ਮੰਗ ਕੀਤੀ ਤੇ ਤੁਸੀਂ ਉਹਦੇ ਉੱਤੇ ਦੇਖੋ ਕਿ ਉਹਨਾਂ ਨੇ ਤੁਹਾਨੂੰ ਦੰਡਿਤ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਤੁਹਾਡਾ ਫੰਡ ਕੱਟਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਤੁਹਾਡਾ ਰੂਰਲ ਡਿਵੈਲਪਮੈਂਟ ਫੰਡ ਕੱਟਣਾ ਸ਼ੁਰੂ ਕਰ ਦਿੱਤਾ, ਕੱਲ ਨੂੰ ਇਹ ਬਜਟ ਦੇ ਵਿੱਚ ਵੀ ਕਰਨਗੇ, ਤੁਹਾਡਾ GST ਤੁਹਾਨੂੰ ਨਹੀਂ ਦੇ ਰਹੇ। ਤੇ ਇਹਦੇ ਨਾਲ ਮੈਨੂੰ ਲੱਗਦਾ ਹੈ ਇੱਕ ਸਾਰੀ ਧਿਰਾਂ ਨੂੰ, ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਜੋ ਵੀ ਧਿਰਾਂ, ਉਹਨਾਂ ਨੂੰ ਮਿਲ ਬੈਠ ਕੇ ਸੋਚਣ ਦੀ ਲੋੜ ਹੈ ਕਿ ਭਾਈ ਇਹਦੇ ਵਿੱਚ ਇਕੱਠੇ ਹੋ ਕੇ ਕਰਨਾ ਪਏਗਾ। ਇਹ ਲੜਾਈ ਹੁਣ ਸਿਰਫ ਇੱਕ ਫਾਰਮ ਲਾਅ ਦੀ ਨਹੀਂ ਰਹਿ ਗਈ ਹੈ, ਇਹ ਪੰਜਾਬ ਦੇ ਇੱਕ, ਮੈਂ ਕਹਿੰਦਾ ਕਿ ਉਹਦੀ ਕਿ ਪੰਜਾਬ ਨੂੰ ਕੁਝ ਮੰਨਿਆ ਵੀ ਜਾਂਦਾ ਕਿ ਨਹੀਂ ਮੰਨਿਆ ਜਾਂਦਾ, ਐਜ਼ ਅ ਸਟੇਟ ਮੰਨਿਆ ਵੀ ਨਹੀਂ ਜਾਂਦਾ ਕਿ ਮੰਨਿਆ ਨਹੀਂ ਜਾਂਦਾ, ਉੱਥੇ ਲੋਕਾਂ ਦੀ ਦੇਖੀਏ ਕਿ ਥੋੜੀ ਜਿਹੀ ਆਪਾਂ ਇਹਦੇ ਪੰਜਾਬ ਦੇ ਥੋੜੇ ਆਪਾਂ ਜੇ ਆਪਾਂ ਪੋਲੀਟੀਕਲ ਸਿਨਾਰੀਓ ਵੱਲ ਦੇਖੀਏ ਤੇ ਇੰਨਾ ਜ਼ਿਆਦਾ ਕੀ ਪੰਜਾਬ ਇੰਨਾ ਜ਼ਿਆਦਾ ਇਫੈਕਟਿਵ ਹੈਗਾ ਹੈ? ਕਿਉਂਕਿ ਜਦੋਂ ਲੋਕ ਸਭਾ ਦੀ ਗੱਲ ਕਰਦੇ ਹਾਂ ਤਾਂ ਸਿਰਫ 13 ਹੀ ਸੀਟਾਂ ਨੇ, ਜਦੋਂ ਆਪਾਂ ਪੰਜਾਬ ਦੀ ਲੋਕਲ ਅਸੈਂਬਲੀ ਦੀ ਗੱਲ ਕਰਦੇ ਹਾਂ ਵਿਧਾਨ ਸਭਾ ਦੀ ਤਾਂ ਤਕਰੀਬਨ 117 ਸੀਟਾਂ ਨੇ। ਮਤਲਬ ਐਜ਼ ਏ ਖਿੱਤੇ ਵਜੋਂ ਕੀ ਸੈਂਟਰ ਹੁਣ ਬਿਲਕੁਲ ਇਹੀ ਕਹਿ ਰਿਹਾ? ਕਿਉਂਕਿ ਜੇ ਆਪਾਂ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਦੇਖੀਏ ਕਿ BJP ਦੇ ਲੀਡਰਾਂ ਨੇ ਵੀ ਜਿਹੜਾ ਹੈਗਾ, JP ਨੱਡਾ ਹੋਣਾ ਨੇ ਵੀ, ਉਹਨਾਂ ਨੇ ਪੰਜਾਬ ਭਾਜਪਾ ਨੂੰ ਵੀ ਇਹ ਕਹਿ ਦਿੱਤਾ ਕਿ ਕਿਸਾਨਾਂ ਦੇ ਮੁੱਦੇ ਦੇ ਉੱਤੇ, ਕਿਸਾਨੀ ਦੇ ਮੁੱਦੇ ਦੇ ਉੱਤੇ ਇਹਦਾ ਜਿਹੜਾ ਹੈਗਾ ਅਸੀਂ ਹੋਰ ਕੋਈ ਚੇਂਜਸ ਜਾਂ ਕੁਛ ਨਹੀਂ ਕਰਾਂਗੇ। ਇਸ ਨੂੰ ਤੁਸੀਂ ਕਿਸ ਸਿਨਾਰੀਓ 'ਚੋਂ ਦੇਖਦੇ ਹੋ? ਕੀ ਪੰਜਾਬ ਦਾ ਮਹੱਤਵ ਹੁਣ ਹੈਗਾ ਹੀ ਨਹੀਂ ਹੈ? ਦੇਖੋ ਪੰਜਾਬ ਦੀਆਂ, ਦੇਖੋ BJP ਜਿਹੜੀ ਆ ਜੀ ਉਹ ਕੁਝ ਸਟੇਟਾਂ 'ਚ ਤਾਂ ਤਕਰੀਬਨ ਨਹੀਂ ਦੇ ਬਰਾਬਰ ਹੈ। ਜੇ ਪੰਜਾਬ 'ਚ ਵੀ ਉਹ ਇਲੈਕਸ਼ਨ ਲੜਦੇ ਵੀ ਨੇ ਤਾਂ 3 ਸੀਟਾਂ ਉਹਨਾਂ ਨੂੰ ਮਿਲਦੀਆਂ ਲੋਕ ਸਭਾ ਦੀਆਂ ਜੀ, ਜਿਹਦੇ 'ਚ ਕੋਈ 1 ਜਿੱਤ ਗਿਆ, ਕਦੇ 2 ਜਿੱਤ ਗਿਆ, ਕਦੇ ਕੋਈ ਨਹੀਂ ਜਿੱਤੇ, ਤੇ 13 'ਚੋਂ ਵੀ ਉਹਨਾਂ ਨੂੰ 2-3 ਹੀ ਮਿਲਦੀਆਂ। ਤੇ ਪੰਜਾਬ ਤੋਂ ਉਹਨਾਂ ਨੂੰ ਜਿੱਥੇ ਇੰਨੀਆਂ ਸੀਟਾਂ 542 ਤਾਂ ਸੀਟਾਂ ਹੈਗੀਆਂ ਹੀ ਆ ਜਿਹੜੀਆਂ ਲੜਨ ਵਾਲੀਆਂ, ਉਹਦੇ ਵਿੱਚ ਇੱਕ ਸਟੇਟ ਦੇ ਰੂਪ 'ਚ ਪੰਜਾਬ ਦੀਆਂ ਸੀਟਾਂ ਦਾ ਉਹਨਾਂ ਨੂੰ ਕੋਈ ਬਹੁਤਾ ਮਹੱਤਵ ਨਹੀਂ ਰਹਿ ਜਾਂਦਾ। ਇਸ ਕਰਕੇ ਉਹ ਦੂਜੀ ਗੱਲ ਜਿਹੜੀ ਹੈ ਉਹਨਾਂ ਨੇ ਇਹ ਗੱਲ ਦੇਖੀ ਹੈ ਕਿ ਪੰਜਾਬ ਦੇ ਵਿੱਚ ਤੇ ਕਸ਼ਮੀਰ ਦੇ ਵਿੱਚ, ਕਿਉਂਕਿ 2 ਮਾਈਨੋਰਟੀਜ਼ ਨੇ, ਕਿਉਂ ਇਹਨਾਂ ਦਾ ਕੋਈ, ਜਿੱਦਾਂ ਹੁਣ ਤੁਸੀਂ ਗੱਲ ਕਹੀ ਨਾ ਕਿ BJP ਦੇ ਲੀਡਰ, ਮੈਨੂੰ ਇਹ ਗੱਲ ਤਾਂ ਹੀ ਸਮਝ ਨਹੀਂ ਆ ਰਹੀ। ਪਹਿਲਾਂ ਇਹ ਚੱਲ ਰਿਹਾ ਸੀ ਕਿ ਵੀ ਅਕਾਲੀ ਦਲ ਤੋਂ ਇਹ ਅਲੱਗ ਹੋ ਕੇ ਇਹ ਆਪਣੇ ਆਪ ਨੂੰ ਪੰਜਾਬ 'ਚ ਪ੍ਰੋਜੈਕਟ ਕਰਨਾ ਚਾਹੁੰਦੇ ਨੇ, ਪਰ ਹੁਣ ਇਹ BJP ਦੇ ਲੀਡਰਾਂ ਦੀ ਵੀ ਨਹੀਂ ਸੁਣ ਰਹੇ ਨੇ। ਜਿੱਦਾਂ ਕਿ ਇਹਨਾਂ ਦਾ ਇੱਕ ਜਨਰਲ ਸੈਕਟਰੀ ਮਲਵਿੰਦਰ ਕੰਗ, ਉਹਨੇ ਅਸਤੀਫਾ ਦਿੱਤਾ, ਫਿਰ ਇਹਨਾਂ ਦੇ ਯੂਥ ਦੇ ਵਿੱਚ ਜਨਰਲ ਸੈਕਟਰੀ ਬਰਿੰਦਰ ਸਿੱਧੂ, ਉਹਨੇ ਅਸਤੀਫਾ ਦਿੱਤਾ, ਫਿਰ ਇਹਨਾਂ ਦੀ ਹੁਣੀ ਬਠਿੰਡੇ ਤੋਂ ਕੌਂਸਲਰ ਅੰਜਨਾ ਰਾਣੀ, ਉਹਨੇ ਅਸਤੀਫਾ ਦਿੱਤਾ, ਉਹਦੇ ਨਾਲ ਇਹਨਾਂ ਦੇ 2 ਸੈਕਟਰੀ ਜਿਹੜੇ ਆ ਕਿਸਾਨ ਮੋਰਚੇ ਉਹਨਾਂ ਨੇ ਦਿੱਤਾ,
ਇਹ ਕੁੱਲ ਮਿਲਾ ਕੇ ਤਕਰੀਬਨ ਡੇਢ ਦਰਜਨ ਦੇ ਕਰੀਬ ਇਹਨਾਂ ਦੇ ਲੀਡਰ ਜਿਹੜੇ ਇਹਨਾਂ ਦੇ ਆਫਿਸ ਬੇਅਰਰ ਹੈ ਉਹ ਅਸਤੀਫਾ ਦੇ ਚੁੱਕੇ ਹੈ, ਪਰ ਪਾਰਟੀ ਨੂੰ ਕੋਈ ਗੱਲ ਸਮਝ ਨਹੀਂ ਆ ਰਹੀ। ਜਿੰਨੀ ਨਫ਼ਰਤ ਜਿੰਨੀ ਹੁਣ ਅਗੇਂਸਟ ਅਪੋਜੀਸ਼ਨ ਬੀਜੇਪੀ ਦੇ ਖਿਲਾਫ਼ ਪੰਜਾਬ 'ਚ ਹੋ ਗਈ ਹੈ, ਜਿੰਨਾ ਕਿ ਨਾ ਤੇ ਉਹ ਜਿਹੜੀ ਸਰਕਾਰ ਹੈਗੀ ਹੈ ਕਾਂਗਰਸ ਦੇ ਖਿਲਾਫ਼ ਹੋ ਰਹੀ ਹੈ, ਨਾ ਜਿਹੜੀ ਓਪੋਜੀਸ਼ਨ ਹੈ ਉਹਦੇ ਖਿਲਾਫ਼ ਹੋ ਰਹੀ ਹੈ। ਜਿਹੜੀ ਪਾਰਟੀ ਹੈ ਜੇ ਨਾ ਓਪੋਜੀਸ਼ਨ 'ਚ ਹੈ ਤੇ ਨਾ ਸੱਤਾ 'ਚ ਹੈ ਉਹਦੇ ਖਿਲਾਫ਼ ਜਿਹੜਾ ਮਾਹੌਲ ਬਣਦਾ ਜਾ ਰਿਹਾ ਹੈ, ਮੈਨੂੰ ਲੱਗਦਾ ਉਹਦੀ ਕੋਈ ਸੁਣਦਾ ਹੀ ਨਹੀਂ ਪਏ। ਉਹਨੀ ਅਸ਼ਵਨੀ ਸ਼ਰਮਾ ਵੀ ਇਹਨਾਂ ਦਾ ਪ੍ਰਧਾਨ ਜਿਹੜਾ ਉਹ ਵੀ ਆਇਆ ਤੇ ਉਹਨਾਂ ਦੇ ਨਾਲ ਤਰੁਣ ਚੁੱਗ ਵੀ ਆਏ ਤੇ ਹੋਰ ਵੀ ਆਏ, ਉਹਨਾਂ ਨੇ ਗੱਲ ਕੀਤੀ ਪਰ ਇਹਨਾਂ ਨੇ ਸੁਣੀ ਕੋਈ ਨਹੀਂ, ਨਾ ਇਹਨਾਂ ਨੇ ਪਹਿਲੇ ਸੋਚੀ ਕੀ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ। ਮੈਂ ਫਿਰ ਕਹਿ ਰਿਹਾ ਕਿ ਇਹ ਪੰਜਾਬ ਦਾ ਚੁੱਲ੍ਹਾ ਬਾਲਣ ਜਾ ਰਹੇ ਨੇ ਆਪਣੀਆਂ ਰੋਟੀਆਂ ਸੇਕਣ ਦੇ ਵਾਸਤੇ, ਇਸ ਕਰਕੇ ਕਿਉਂਕਿ ਇਹ ਆਪਣੇ ਸਟੇਟ ਲੀਡਰਾਂ ਦੀ ਵੀ ਕੋਈ ਪਰਵਾਹ ਨਹੀਂ ਕਰ ਰਹੇ, ਨਾ ਇਹ ਉਹਨਾਂ ਦੀ ਸੁਣ ਰਹੇ ਨੇ, ਨਾ ਇਹ ਕਿਉਂਕਿ ਦੇਖੋ ਨਾ ਤੁਹਾਡਾ ਜਿਹੜਾ ਦਲਿਤ ਤੁਹਾਡੇ ਨਾਲ ਆ ਰਿਹਾ ਪੰਜਾਬ 'ਚ ਉਹ ਵੀ 30-32% ਹੈਗਾ, ਨਾ ਤੁਹਾਡੇ ਨਾਲ ਕਿਸਾਨ ਆ ਰਿਹਾ, ਸਿਰਫ ਸ਼ਹਿਰੀ ਪੰਜਾਬ ਦੇ ਜਿਹੜੇ ਹਿੰਦੂ ਵੋਟਰ ਨੇ ਉਹਨਾਂ ਵਿੱਚ ਵੀ ਕਾਫੀ ਹੱਦ ਤੱਕ ਪ੍ਰਭਾਵ ਕਾਂਗਰਸ ਦਾ। ਕੀ ਇੱਥੋਂ ਤਾਂ ਇਹ ਸਾਫ਼ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਇਹ ਸੋਚ ਨਹੀਂ ਰਹੀ ਕਿ ਅਸੀਂ ਆਉਣਾ, ਤੇ ਕੀ ਫਿਰ ਪੰਜਾਬ ਨੂੰ ਇਹ ਬਰਬਾਦ ਕਰਨਾ ਚਾਹ ਰਹੇ ਨੇ, ਕੀ ਪੰਜਾਬ ਨੂੰ ਇਹ ਅੱਗ ਲਾਉਣਾ ਚਾਹ ਰਹੇ ਨੇ। ਇਹ ਗੱਲ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਇਹ ਬੜੀ ਹੀ ਇਹਨੂੰ ਘੋਖਣ ਦੀ ਲੋੜ ਹੈ, ਕਿਉਂਕਿ ਜੋ ਇਹਨਾਂ ਦਾ ਵਤੀਰਾ ਹੈ ਤਾਨਾਸ਼ਾਹੀ ਰਵੱਈਆ, ਬਈ ਹੁਣ ਮਾਲ ਗੱਡੀਆਂ ਬੰਦ ਕਰ ਦਿਓ, ਕੱਲ ਨੂੰ ਤੁਸੀਂ ਕਹੋਗੇ ਬਾਰਡਰ, ਜਿਹੜਾ ਬਾਰਡਰ 'ਤੇ ਜਿਹੜਾ ਨੂੰ ਫੰਡ ਮਿਲਦਾ ਹੁੰਦਾ ਬਾਰਡਰ ਡਿਵੈਲਪਮੈਂਟ ਫੰਡ ਉਹ ਵੀ ਬੰਦ ਕਰ ਦਿਓ, ਇਹਨਾਂ ਦਾ GST ਬੰਦ ਕਰ ਦਿਓ, ਤੇ ਪੰਜਾਬ ਨੂੰ ਤੁਸੀਂ ਜਦੋਂ ਆਪ ਤੋੜੋਗੇ ਤੇ ਬੇਗਾਨਾਪਨ ਤਾਂ ਵਧੇਗਾ ਹੀ, ਤੇ ਉਹ ਬੇਗਾਨਾਪਨ ਜਿਹੜਾ ਆ ਉਹ ਵੱਧ ਰਿਹਾ।